ਅੱਜ ਹੈ 8 ਮਾਰਚ ਯਾਨੀ ਕਿ ਇੰਟਰਨੈਸ਼ਨਲ ਵਿਮੈਨਸ ਡੇ ਅਤੇ ਅੱਜ ਦੇ ਦਿਨ ਪੰਜਾਬੀ ਸਿਨੇਮਾ ਦੇ ਝੋਲੀ ਪਈ ਇੱਕ ਫਿਲਮ ਗੁੱਡੀਆਂ ਪਟੋਲੇ, ਜਿਸ ਨੂੰ ਵੇਖ ਕੇ ਅਸੀਂ ਉਸ ਬਾਰੇ ਇਹ ਕਹਿ ਸਕਦੇ ਹਾਂ ਕਿ ਇਹ ਇੱਕ ਐਸੀ ਪੰਜਾਬੀ ਫਿਲਮ ਹੈ ਜਿਹੜੀ ਵਿਮੈਨ 'ਤੇ ਫੋਕਸ ਕਰਦੀ ਹੈ, ਅਤੇ ਉਹ ਕਿਉਂ ਅਤੇ ਕਿਵੇਂ ਉਸ ਦੇ ਬਾਰੇ ਅੱਜ ਅਸੀਂ ਇਸ ਮੂਵੀ ਰਿਵਿਊ ਵਿੱਚ ਗੱਲ ਕਰਾਂਗੇ। ਗੁੱਡੀਆਂ ਪਟੋਲੇ ਫਿਲਮ ਦੀ ਕਹਾਣੀ ਹੈ ਦੋ NRI ਗੁੱਡੀਆਂ ਦੀ, ਜਿਹੜੀਆਂ ਕੈਨੇਡਾ ਤੋਂ ਪੰਜਾਬ ਆਉਂਦੀਆਂ ਅਤੇ ਫਿਰ ਆਪਣੇ ਘਰਦਿਆਂ ਨੂੰ ਮਿਲਣ ਤੋਂ ਬਾਅਦ ਉਹਨਾਂ ਨਾਲ ਹੌਲੀ ਹੌਲੀ ਘੁਲ ਮਿਲ ਜਾਂਦੀ ਹੈ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਹੁੰਦਾ ਹੈ ਰਿਸ਼ਤਿਆਂ ਦਾ ਅਹਿਸਾਸ ਅਤੇ ਉਸਦੀ ਅਹਿਮੀਅਤ ਦਾ ਵੀ ਪਤਾ ਲੱਗਦਾ ਹੈ। ਪਰ ਸਭ ਤੋਂ ਪਿਆਰਾ ਰਿਸ਼ਤਾ ਹੈ ਜਿਹੜਾ ਕਿ ਇਸ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ, ਜੋ ਕਿ ਦਿਲ ਨੂੰ ਛੂਹ ਜਾਂਦਾ ਹੈ, ਉਹ ਹੈ ਨਾਨੀ ਅਤੇ ਦੋਤੀਆਂ ਦਾ। ਅਤੇ ਫਿਰ ਉਹਨਾਂ ਦਾ ਇਹ ਰਿਸ਼ਤਾ ਅਤੇ ਨਾਲ ਹੀ ਬਾਕੀ ਸਾਰੇ ਰਿਸ਼ਤੇ ਉਹ ਗੁੱਡੀਆਂ ਨੂੰ ਅਤੇ ਦਰਸ਼ਕਾਂ ਨੂੰ ਕੀ ਸੀਖ ਦੇ ਕੇ ਜਾਂਦੇ ਨੇ, ਇਹੀ ਹੈ ਸਾਰੀ ਫਿਲਮ ਦੀ ਕਹਾਣੀ। ਅਦਾਕਾਰੀ ਦੀ ਗੱਲ ਕਰੀਏ ਤਾਂ ਸਾਰਿਆਂ ਨਾਲੋਂ ਪਹਿਲੇ ਗੱਲ ਕਰਾਂਗੇ ਸੋਨਮ ਬਾਜਵਾ ਦੀ, ਜਿਹੜੇ ਕਿ ਪੰਜਾਬੀ ਸੂਟਾਂ ਨੂੰ ਛੱਡ ਕੇ ਪਹਿਲੀ ਵਾਰ ਮਾਡਰਨ ਲੁੱਕਸ ਦੇ ਵਿੱਚ ਨਜ਼ਰ ਆਏ, ਕਿਉਂਕਿ ਉਹਨਾਂ ਦਾ ਕਿਰਦਾਰ ਹੀ ਕੁਝ ਅਜਿਹਾ ਲਿਖਿਆ ਗਿਆ ਸੀ। ਜਿਸ ਤੋਂ ਬਾਅਦ ਸੋਨਮ ਬਾਜਵਾ ਦਾ ਕੰਮ ਸੀ ਉਹਨੂੰ ਬਖੂਬੀ ਨਿਭਾਉਣਾ, ਅਤੇ ਉਸ ਵਿੱਚ ਉਹ ਪੂਰੀ ਤਰ੍ਹਾਂ ਨਾਲ ਸਫਲ ਹੁੰਦੇ ਹੋਏ ਨਜ਼ਰ ਆਏ, ਕਿਉਂਕਿ ਸੋਨਮ ਬਾਜਵਾ ਦੀ ਬੋਡੀ ਲੈਂਗੁਏਜ ਅਤੇ ਡਾਇਲੋਗ ਡਿਲੀਵਰੀ ਪੂਰੀ ਤਰ੍ਹਾਂ ਨਾਲ ਉਹਨਾਂ ਦੇ ਕਿਰਦਾਰ ਨੂੰ ਕੰਪਲੀਮੈਂਟ ਕਰ ਰਹੇ ਨੇ। ਅਤੇ ਨਾਲ ਹੀ ਐਕਟਿੰਗ ਵਿੱਚ ਡੈਬਿਊ ਕਰ ਰਹੇ ਗੁਰਨਾਮ ਭੁੱਲਰ ਨੂੰ ਇਸ ਫਿਲਮ ਦੇ ਵਿੱਚ ਦੇਖਣ ਤੋਂ ਬਾਅਦ ਉਹਨਾਂ ਦੀ ਫੀਮੇਲ ਫੈਨਸ ਨੂੰ ਸ਼ੂਗਰ ਦੀ ਬਿਮਾਰੀ ਵੀ ਹੋ ਸਕਦੀ ਹੈ, ਕਿਉਂਕਿ ਉਹਨਾਂ ਦਾ ਕਿਰਦਾਰ ਕਾਫੀ ਇਨੋਸੈਂਟ ਅਤੇ ਸਵੀਟ ਜਿਹਾ ਹੈ, ਜਿਹੜਾ ਕਿ ਉਹਨਾਂ ਨੇ ਬਹੁਤ ਸਵੀਟਨੈਸ ਦੇ ਨਾਲ ਨਿਭਾਇਆ ਵੀ ਹੈ। ਪਰ ਇਸ ਸ਼ੂਗਰ ਦੀ ਬਿਮਾਰੀ ਤੋਂ ਬਚਣ ਦਾ ਇਲਾਜ ਇਸ ਫਿਲਮ ਦੇ ਵਿੱਚ ਆਪਣੀ ਅਦਾਕਾਰੀ ਦੇ ਨਾਲ ਸੁਖੀ ਚਾਹਲ ਨੇ ਦੱਸਿਆ ਹੈ ਅਤੇ ਨਾਲ ਹਸਾਇਆ ਵੀ ਹੈ। ਅਤੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਇਹ ਮੈਂ ਕੀ ਕਹਿ ਰਹੀ ਹਾਂ, ਪਰ ਇਹਨਾਂ ਗੱਲਾਂ ਦਾ ਤੁਹਾਨੂੰ ਪਤਾ ਲੱਗੇਗਾ ਇਸ ਫਿਲਮ ਨੂੰ ਦੇਖ ਕੇ। ਅਤੇ ਨਾਲ ਹੀ ਕਿਸਮਤ ਗਰਲ ਤਾਨੀਆ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਈ, ਜਿਨ੍ਹਾਂ ਨੇ ਆਪਣਾ ਕਿਰਦਾਰ ਤਾਂ ਵਧੀਆ ਨਿਭਾਇਆ ਪਰ ਸ਼ਾਇਦ ਉਹਨਾਂ ਦਾ ਕਿਰਦਾਰ ਕੁਛ ਅਜਿਹਾ ਹੀ ਲਿਖਿਆ ਗਿਆ ਸੀ ਜਿਹੜਾ ਕਿ ਜ਼ਿਆਦਾ ਸਕਰੀਨ ਸਪੇਸ ਹੋਣ ਤੋਂ ਬਾਅਦ ਵੀ ਦਿਲਾਂ ਤੱਕ ਤਾਂ ਪਹੁੰਚਿਆ ਪਰ ਕਰ ਨਹੀਂ ਕਰ ਪਾਇਆ। ਗੁੱਡੀਆਂ ਪਟੋਲੇ ਫਿਲਮ ਦੇ ਫਸਟ ਹਾਫ ਦੇ ਵਿੱਚ ਰਿਸ਼ਤਿਆਂ ਦੀ ਪਹਿਚਾਣ ਦੇ ਨਾਲ ਨਾਲ ਹਾਸਾ ਆਉਂਦਾ ਹੈ, ਅਤੇ ਸੈਕਿੰਡ ਹਾਫ ਦੇ ਵਿੱਚ ਉਹਨਾਂ ਰਿਸ਼ਤਿਆਂ ਦੀ ਅਹਿਮੀਅਤ ਪਤਾ ਲੱਗਣ ਦੇ ਨਾਲ ਨਾਲ ਮੂੰਹ 'ਤੇ ਇੱਕ ਸਮਾਈਲ ਆਉਂਦੀ ਹੈ। ਹੁਣ ਇਸ ਹਾਸੇ ਅਤੇ ਸਮਾਈਲ ਦੇ ਵਿੱਚ ਕੀ ਫਰਕ ਹੈ, ਇਹ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਹਾਸਾ ਆਉਂਦਾ ਹੈ ਨਾਨੀ ਅਤੇ ਦੋਤੀਆਂ ਦੀ ਲੜਾਈ ਦੀ ਸਿਚੁਏਸ਼ਨ ਦੇਖ ਕੇ, ਪਰ ਮੂੰਹ 'ਤੇ ਸਮਾਈਲ ਉਦੋਂ ਆਉਂਦੀ ਹੈ ਜਦੋਂ ਉਸ ਸਿਚੁਏਸ਼ਨ ਦੀ ਸਮਝ ਲੱਗਦੀ ਹੈ। ਬਹੁਤ ਸਾਰੀਆਂ ਚੀਜ਼ਾਂ ਨੂੰ ਫਿਲਮ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਦਿਖਾਇਆ ਗਿਆ ਹੈ, ਜਿਵੇਂ ਕਿ ਇੱਕ ਪਾਸੇ ਦੋਤੀਆਂ ਦਾ ਆਪਣੀ ਨਾਨੀ ਨੂੰ ਆਪਣਾ ਲਾਈਫ ਸਟਾਈਲ ਦਿਖਾਉਣਾ, ਅਤੇ ਨਾਲ ਹੀ ਦੂਜੇ ਪਾਸੇ ਨਾਨੀ ਦਾ ਆਪਣੀ ਦੋਤੀਆਂ ਨੂੰ ਪਿੰਡ ਦਾ ਲਾਈਫ ਸਟਾਈਲ ਦਿਖਾਉਣਾ। ਇਹਨਾਂ ਗੱਲਾਂ ਦੇ ਵਿੱਚ ਗੁਰਨਾਮ ਭੁੱਲਰ ਕਰ ਰਹੇ ਨੇ ਉਹਨਾਂ ਦੀ ਡਰਾਈਵਰੀ, ਅਤੇ ਇਸ ਡਰਾਈਵਰ ਦੇ ਰਾਹੀਂ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਨੇ ਆਪਣੀ ਡਾਇਰੈਕਸ਼ਨ ਤੋਂ ਬੜੀ ਹੀ ਬਾਰੀਕੀ ਦੇ ਨਾਲ ਇਹ ਦਰਸਾਇਆ ਕਿ ਕਿਵੇਂ ਉਹ ਡਰਾਈਵਰ ਘਰ ਵਿੱਚ ਨਾ ਵੜਨ ਦੇ ਬਾਵਜੂਦ ਵੀ ਕਿਸੇ ਇੱਕ ਦੇ ਦਿਲ ਵਿੱਚ ਵੜ ਜਾਂਦਾ ਹੈ, ਅਤੇ ਉਹ ਕਿਹਦਾ ਦਿਲ ਹੈ ਇਹ ਤਾਂ ਤੁਹਾਨੂੰ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਕੇ ਹੀ ਪਤਾ ਲੱਗੇਗਾ। ਟੈਕਨੀਕਲ ਪੱਖੋਂ ਫਿਲਮ ਕਾਫੀ ਹੱਦ ਤੱਕ ਸਟਰੋਂਗ ਹੈ, ਜਿਸ ਕਰਕੇ ਛੋਟੀ ਮੋਟੀ ਗਲਤੀਆਂ ਨੂੰ ਇਗਨੋਰ ਵੀ ਕੀਤਾ ਜਾ ਸਕਦਾ ਹੈ, ਅਤੇ ਇਸ ਕਹਾਣੀ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪ੍ਰੈਜੈਂਟ ਕੀਤਾ ਗਿਆ ਹੈ, ਜਿਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਫਿਲਮ ਕੁੜੀਆਂ ਦੇ ਆਲੇ ਦੁਆਲੇ ਹੀ ਘੁੰਮਣ ਦੇ ਬਾਵਜੂਦ ਵੀ ਇਹ ਇੱਕ ਕਮਰਸ਼ੀਅਲੀ ਹਿੱਟ ਫਿਲਮ ਹੋ ਸਕਦੀ ਹੈ। ਗੁੱਡੀਆਂ ਪਟੋਲੇ ਫਿਲਮ ਦੀ ਕਹਾਣੀ ਚੰਗੇ ਮੈਸੇਜਿਸ ਦੇਣ ਦੇ ਨਾਲ ਨਾਲ ਥਰੂ ਆਊਟ ਐਂਟਰਟੇਨ ਕਰਦੀ ਹੈ, ਅਤੇ ਨਾਲ ਹੀ ਇਸ ਫਿਲਮ ਦਾ ਮਿਊਜ਼ਿਕ ਵੀ ਕਾਫੀ ਇੰਜੋਏ ਕਰਨ ਵਾਲਾ ਹੈ, ਕਿਉਂਕਿ ਗਾਣੇ ਗਾਏ ਗਏ ਨੇ ਗੁਰਨਾਮ ਭੁੱਲਰ ਅਤੇ ਐਮੀ ਵਿਰਕ ਦੇ ਰਾਹੀਂ। ਹੁਣ ਜਾਣ ਲੈਂਦੇ ਹਾਂ ਕਿ ਦਰਸ਼ਕਾਂ ਦਾ ਇਸ ਫਿਲਮ ਦੇ ਬਾਰੇ ਕੀ ਕਹਿਣਾ ਹੈ। ਮੂਵੀ ਬਹੁਤ ਵਧੀਆ ਹੈ। ਓਵਰਆਲ ਸਟੋਰੀ ਵਗੈਰਾ ਕਿਵੇਂ ਦੀ ਲੱਗੀ? ਸਟੋਰੀ ਬਹੁਤ ਸੋਹਣੀ ਆ ਉਹਦੀ। ਨਾਈਸ ਸੀ, ਬਹੁਤ ਵਧੀਆ ਸਟੋਰੀ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਅੱਛੀ, ਇੰਟਰਸਟਿੰਗ ਹੈ। ਫਸਟ ਹਾਫ ਇਜ਼ ਬੈਟਰ ਔਰ ਉਸਕੇ ਬਾਅਦ ਵਾਲਾ ਵੀ ਥੋੜਾ ਸਾ ਰਹਾ, ਪਰ ਬਹੁਤ ਅੱਛਾ ਹੈ। ਮੂਵੀ ਬਹੁਤ ਵਧੀਆ ਸੀ ਜੀ। ਨਾਈਸ ਜੀ, ਵਧੀਆ ਸੀ, ਬਹੁਤ ਸੋਹਣੀ ਸਟੋਰੀ, ਬਹੁਤ ਵਧੀਆ ਹੈ, ਬਿਲਕੁਲ ਮੈਂਟੇਨ ਮੂਵੀ। ਤੇ ਐਕਟਿੰਗ ਕਿਹਦੀ ਵਧੀਆ? ਐਕਟਿੰਗ ਗੁਰਨਾਮ ਭੁੱਲਰ ਦੀ, ਸੋਨਮ ਬਾਜਵਾ ਦੋਨਾਂ ਦੀ ਬਹੁਤ ਸੋਹਣੀ ਹੈ। ਸਾਰਿਆਂ ਦੀ ਅੱਛੀ ਸੀਗੀ, ਗੁਰਨਾਮ ਭੁੱਲਰ ਬੈਸਟ। ਗੁਰਨਾਮ ਭੁੱਲਰ
ਤਿੰਨਾਂ ਦੀ ਉਹ ਵਧੀਆ, ਪਰ ਗੁਰਨਾਮ ਭੁੱਲਰ ਥੋੜ੍ਹਾ ਰੋਲ 'ਚ ਇੰਨਾ ਮਤਲਬ ਵਧੀਆ ਨਹੀਂ ਲੱਗ ਰਿਹਾ, ਬਟ ਉਹ ਡਰਾਈਵਰ ਦਿਖਾਇਆ ਤਾਂ ਬਹੁਤ ਵਧੀਆ ਲੱਗੀ। ਗੁਰਨਾਮ ਭੁੱਲਰ ਦੀ ਗੁਰਨਾਮ ਭੁੱਲਰ ਜੀ ਮਤਲਬ ਉਹਨਾਂ ਦਾ ਡੈਬਿਊ ਸੀ, ਬਹੁਤ ਵਧੀਆ ਸੀ ਜੀ, ਮਤਲਬ ਐਕਟਿੰਗ ਬਹੁਤ ਵਧੀਆ, ਕੁੜੀਆਂ ਦੀ ਐਕਟਿੰਗ ਬਹੁਤ ਵਧੀਆ। ਅਤੇ ਜੇ ਸਟਾਰਸ ਦੇਣਾ ਚਾਹੋਗੇ ਕਿੰਨੇ ਸਟਾਰਸ ਦਿਓ? 5 or 4.5. 5. 3 star 5 में से. ਤੁਸੀਂ 4 ਫੋਰ ਸਟਾਰ ਫੋਰ ਐਂਡ ਹਾਫ ਦੋਗੇ ਜੀ। ਗੁੱਡੀਆਂ ਪਟੋਲੇ ਫਿਲਮ ਨੂੰ ਅਸੀਂ ਦਾ ਫਿਲਮਸ ਵੱਲੋਂ ਦਵਾਂਗੇ 3.5 ਸਟਾਰਸ। ਤੁਹਾਡਾ ਇਸ ਫਿਲਮ ਦੇ ਬਾਰੇ ਕੀ ਕਹਿਣਾ ਹੈ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਸੀਂ ਤੁਹਾਨੂੰ ਮ